ਨਾਭਾ ਦੇ ਦੁਲਾਡੀ ਗੇਟ ਦੇ ਨੇੜੇ ਮਿਲਟਰੀ ਸਿਨੇਮਾ ਵਿਖੇ ਪਿੰਡ ਅਗੇਤੇ ਦੇ ਬਜ਼ੁਰਗ ਦੀ ਨਾਲੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਨਾਭਾ ਦੇ ਘੋੜਿਆਂ ਵਾਲਾ ਗੁਰਦੁਆਰਾ ਦੇ ਨਾਲ ਗੰਦੇ ਨਾਲੇ ਦੀ ਸਫਾਈ ਕਰਾਉਣ ਲਈ ਕਈ ਵਾਰ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਦੇ ਲੋਕਾਂ ਦੇ ਵੱਲੋਂ ਨਗਰ ਕੌਂਸਲ ਨੂੰ ਬੇਨਤੀ ਕੀਤੀ ਗਈ ਸੀ, ਪਰੰਤੂ ਨਗਰ ਕੌਂਸਲ ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨ ਇਹ ਹਾਦਸਾ ਵਾਪਰਿਆ। ਇਸ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਗੁਰਦੇਵ ਸਿੰਘ ਮਾਨ ਨੇ ਕਿਹਾ ਕਿ ਨਗਰ ਕੌਂਸਲ ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨ ਇਹ ਮੌਤ ਹੋਈ ਹੈ, ਜਿਸ ਦੀ ਜ਼ਿੰਮੇਵਾਰ ਨਗਰ ਕੌਂਸਲ ਹੈ। ਇਸ ਮੌਕੇ SHO ਸੁਰਿੰਦਰ ਪੱਲਾ ਨੇ ਕਿਹਾ ਕਿ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਅੱਜ ਇੱਥੇ ਪੱਥਰਾਂ ਵਾਲੀ ਸੜਕ ਹੈ ਜੀ, ਨਾਭਾ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਹੈ, ਇੱਥੇ ਮੰਦਿਰ ਹੈ ਜੀ, ਨਾਲ ਹੀ ਇੱਥੇ ਮਾੜੀ ਹੈ, ਨਾਲ ਹੀ DAV ਸਕੂਲ ਹੈ ਜੀ। ਇੱਥੇ ਗੰਦਾ ਨਾਲਾ ਜੀ, ਬੜੀ ਲੰਮੀ ਦੇਰ ਤੋਂ ਬੜੀ ਵਾਰੀ ਖਬਰਾਂ ਲਵਾਈਆਂ ਨੇ, ਬੜੀ ਵਾਰੀ ਲਾਈਵ ਪਾਇਆ, ਬੜੀ ਵਾਰੀ ਮੰਗ ਕੀਤੀ ਹੈ ਕਿ ਇਹਦੀ ਸਫਾਈ ਕਰੋ। ਮੇਰੇ ਹਿਸਾਬ ਨਾਲ ਜਦੋਂ ਦਾ ਮੈਂ ਨਾਭੇ 'ਚ, ਮੈਨੂੰ 7ਵਾਂ ਸਾਲ ਸ਼ੁਰੂ ਹੋ ਗਿਆ ਜੀ, ਪਿਛਲੇ 7 ਸਾਲ 'ਚ ਮੈਂ ਤਾਂ ਦੇਖੀ ਨਹੀਂ ਸਫਾਈ ਹੁੰਦੀ। ਅੱਜ ਇੱਕ ਬਹੁਤ ਵੱਡਾ ਇੰਸੀਡੈਂਟ ਹੋਇਆ ਜੀ। ਅਗੇਤਾ ਪਿੰਡ ਤੋਂ ਬਜ਼ੁਰਗ ਬੰਦਾ ਸੀ ਹਰਨੇਕ ਸਿੰਘ, ਉਹ ਆਹ ਜਗ੍ਹਾ 'ਤੇ ਇਹਦੇ ਵਿੱਚ ਨਾਲੇ 'ਚ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਜੀ। ਔਰ ਇੱਥੋਂ ਹੁਣ ਡੈੱਡ ਬੋਡੀ ਹੋਸਪਿਟਲ ਲੈ ਕੇ ਗਏ ਹਾਂ ਜੀ, ਅਤੇ ਪਰਿਵਾਰ ਸਾਰਾ ਇੱਥੇ ਜਿਹੜਾ ਜੀ ਵਿਰਲਾ ਰਿਹਾ ਸੀਗਾ। ਬਹੁਤ ਮਾੜੀ ਹਾਲਤ ਹੈ ਜੀ, ਇੱਥੇ ਸਕੂਲ ਹੈ, ਇੱਥੇ ਧਾਰਮਿਕ ਸਥਾਨ ਇੱਧਰ ਜੀ, ਬੜਾ ਟ੍ਰੈਫਿਕ ਹੁੰਦੀ ਹੈ ਇੱਥੇ, ਪਾਣੀ ਹਮੇਸ਼ਾ ਖੜਾ ਰਹਿੰਦਾ, ਬਰਸਾਤ ਦੇ ਵਿੱਚ ਸੜਕ 'ਤੇ ਵੀ ਪਾਣੀ ਆ ਜਾਂਦਾ। ਨਗਰ ਕੌਂਸਲ ਫੇਲ ਹੈ ਜੀ, ਸਾਧੂ ਧਰਮ ਸੋਧ ਫੇਲ ਹੈ ਜੀ, ਕੋਈ ਸੁਣਵਾਈ ਨਹੀਂ ਜੀ, ਸਿਰਫ ਪੈਸੇ ਜੇਬ 'ਚ ਪਾਉਣਾ ਇਹਨਾਂ ਨੂੰ। ਬਜ਼ੁਰਗ ਦੀ ਮੌਤ ਹੋਈ ਹੈ ਹਰਨੇਕ ਸਿੰਘ ਦੀ, ਇਹਦਾ ਜ਼ਿੰਮੇਵਾਰ ਨਗਰ ਕੌਂਸਲ ਨਾਭਾ ਔਰ ਸਾਧੂ ਧਰਮ ਸੋਧ ਹੈ, ਕਿਉਂਕਿ ਉਹਨਾਂ ਦੀ ਨਲਾਇਕੀਆਂ ਕਰਕੇ ਇਹ ਇੰਸੀਡੈਂਟ ਹੋ ਰਿਹਾ ਜੀ। ਇੱਥੇ ਛੋਟੇ ਛੋਟੇ ਜਿਹੜੇ ਅੱਧ ਖੜੇ ਫੁੱਲ ਇੱਥੇ ਵਿਚਾਰੇ ਪੜ੍ਹਨ ਆਉਂਦੇ ਆ ਜੀ, ਕੱਲ੍ਹ ਨੂੰ ਕੋਈ ਇੰਸੀਡੈਂਟ ਹੋ ਗਿਆ ਜੀ। ਇਹ ਬਜ਼ੁਰਗ ਸੀਗੇ, ਅੱਜ ਗੇਤਾ ਪਿੰਡ ਤੋਂ ਹਰਨੇਕ ਸਿੰਘ, ਉਹਨਾਂ ਦੀ ਡੈਥ ਹੋ ਗਈ ਇੱਥੇ, ਅਤੇ ਮੈਨੂੰ ਫੋਨ ਕੀਤਾ, ਮੈਂ ਰਾਈਡ ਵੇ ਇੱਥੇ ਪਹੁੰਚਿਆ। ਇਹ ਵੱਡਾ ਜਿਹੜਾ ਜੀ ਮਤਲਬ ਐਂ ਸਮਝ ਲਓ ਤ੍ਰਾਸਦੀ ਹੈ ਨਾਭਾ ਸ਼ਹਿਰ ਦੀ, ਕਿ ਨਾਲਿਆਂ ਦੇ ਵਿੱਚ ਡਿੱਗ ਡਿੱਗ ਕੇ ਨਾਲੇ ਵੀ ਬਹੁਤ ਡੂੰਘੇ ਨੇ ਜੀ, ਕਿਉਂਕਿ ਪੁਰਾਣੇ ਨੇ, ਲਗਾਤਾਰ ਜਿਹੜਾ ਭਰਤ ਪੈ ਪੈ ਕੇ ਸੜਕਾਂ ਉੱਚੀਆਂ ਹੁੰਦੀਆਂ ਜਾ ਰਹੀਆਂ, ਨਾਲੇ ਡੂੰਘੇ ਹੁੰਦੇ ਜਾ ਰਹੇ ਨੇ। ਔਰ ਸਫਾਈ ਜੇ ਕੋਈ ਪ੍ਰੋਪਰ ਹੁੰਦੀ ਜਾਂ ਕੋਈ ਸੇਫਟੀ ਪੁਆਇੰਟ ਹੁੰਦਾ, ਦੀਵਾਰ ਹੁੰਦੀ, ਕੋਈ ਫੈਂਸ ਲੱਗੀ ਹੁੰਦੀ, ਕੋਈ ਆੜ ਲੱਗੀ ਹੁੰਦੀ, ਬੰਦਾ ਰੁਕ ਵੀ ਜਾਂਦਾ ਉਹਦੇ ਨਾਲ, ਕੋਈ ਹੈ ਹੀ ਨਹੀਂ ਜੀ, ਬੰਦਾ ਸਿੱਧਾ ਹੀ ਜਿਹੜਾ ਜੀ ਨਾਲੇ ਦੇ ਵਿੱਚ ਗਿਰਦਾ ਜਾ ਕੇ। ਅੱਗੇ ਵੀ ਦੱਸ ਰਿਹਾ, ਪਿਛਲੇ ਹਫ਼ਤੇ ਦੋ ਜਿਹੜੇ ਜੀ ਕੋਈ ਫੌਜੀ ਵੀਰ ਸੀਗੇ, ਨਾਲ ਹੀ ਮਿਲਟਰੀ ਏਰੀਆ ਜੀ, ਆਹ ਸਾਰਾ ਉਹ ਟ੍ਰਾਂਸਫਾਰਮਰ ਵਿੱਚ ਲੱਗਿਆ ਸੜਕ 'ਤੇ, ਕਦੇ ਵੀ ਵੱਡਾ ਇੰਸੀਡੈਂਟ ਹੋ ਸਕਦਾ। ਕਹਿਣ ਦਾ ਭਾਵ ਇਹ ਹੈ ਕਿ ਨਗਰ ਕੌਂਸਲ ਗੁੰਗਾ ਹੋ ਗਿਆ ਜੀ, ਇੱਥੋਂ ਦਾ ਪ੍ਰਧਾਨ ਜਿਹੜਾ ਸੁਣਦਾ ਨਹੀਂ, ਆਮ ਆਦਮੀ ਪਾਰਟੀ ਮੈਂ ਲਗਾਤਾਰ ਆਵਾਜ਼ ਬੁਲੰਦ ਕਰ ਰਿਹਾ, ਅਤੇ ਉਹ ਕਹਿ ਦਿੰਦੇ ਆ ਜੀ ਹੱਸ ਕੇ ਟਾਲ ਦਿੰਦੇ, ਦੇ ਮਾਨ ਤਾਂ ਵਿਹਲਿਆ ਜੀ, ਜਿੱਥੋਂ ਮੌਤਾਂ ਹੋ ਰਹੀਆਂ ਨੇ ਏਡਾ ਏਡਾ, ਤੁਸੀਂ ਕਿਹਦੀ ਵੀ ਇੰਤਜ਼ਾਰ ਕਰੋ, ਜਿੱਦਾਂ ਤੁਸੀਂ ਆਪ ਗਿਰ ਕੇ 'ਚ ਮਰੇ, ਫਿਰ ਤੁਹਾਨੂੰ ਸਬਰ ਆਊਗਾ ਜੀ? ਮਤਲਬ ਸੁਣਦੇ ਕਿਉਂ ਨਹੀਂ ਜੀ? ਨਗਰ ਕੌਂਸਲ ਨਾਭਾ ਬੁਰੇ ਤਰੀਕੇ ਨਾਲ ਫੇਲ ਹੋਇਆ, ਪਰ ਨਾਭਾ ਦੇ ਵਿੱਚ ਬਿਮਾਰੀਆਂ ਲਗਾਤਾਰ ਫੈਲ ਰਹੀਆਂ ਨੇ, ਨਾਲਿਆਂ ਦੀ ਸਫਾਈ ਹੈ ਨਹੀਂ, ਸੀਵਰੇਜ ਦਾ ਪਾਣੀ ਬਾਜ਼ਾਰਾਂ ਦੇ ਵਿੱਚ ਚੁੜਿਆ ਤੁਰਿਆ ਫਿਰਦਾ, ਇਹ ਸਾਰਾ ਕੁਝ ਜਿਹੜਾ ਨਾ ਜੀ ਬੜਾ ਭਿਆਨਕ ਦ੍ਰਿਸ਼ ਹੈ, ਔਰ ਇਹਦੇ ਲਈ ਜ਼ਿੰਮੇਵਾਰ ਨਗਰ ਕੌਂਸਲ ਨਾਭਾ ਅਤੇ ਸਾਧੂ ਸਿੰਘ ਧਰਮ ਸੋਧ। ਹਾਂਜੀ ਦੱਸੋ। ਹਾਂਜੀ, ਮੇਰੀ ਉਹ ਸਾਹਮਣੇ ਦੁਕਾਨ ਸੀਗੀ ਜੀ, ਇੱਧਰੋਂ ਕੋਈ ਬੰਦਾ ਆ ਰਿਹਾ ਸੀ ਸਰਦਾਰ ਜਿਹਾ, ਉਹ ਬੰਦਾ ਕਹਿੰਦਾ ਜੀ ਬੰਦਾ ਗਿਰਿਆ ਪਿਆ ਨਾਲੇ 'ਚ, ਮੈਂ ਨਾਲ ਦੀ ਨਾਲ ਭੱਜ ਕੇ ਆਇਆ, ਉਹ ਬੰਦੇ ਨੂੰ ਆਪਣਾ ਰੱਸਾ ਪਾਇਆ ਜੋ ਮਰਜ਼ੀ ਕੀਤਾ, ਉਹ ਬਸਨ ਨੂੰ ਮੈਂ ਬੰਦੇ ਨੂੰ ਕੱਢ ਕੇ ਬਾਹਰ ਲਿਆਇਆ, ਜਦ ਤੱਕ ਉਹਦਾ ਸਾਹ ਚੱਲ ਰਿਹਾ ਸੀਗਾ, ਫਿਰ ਪਾਣੀ ਪੂਣੀ ਮੈਂ ਦੱਬ ਦੂ ਕੇ ਕੱਢਿਆ, ਉਸ ਤੋਂ ਬਾਅਦ ਉਹ ਬੰਦਾ ਡੈੱਡ ਹੋ ਚੁੱਕਿਆ। ਇਹ ਬਾਥਰੂਮ ਕਰਨ ਇੱਥੇ ਘਾਹ ਲੱਗਿਆ ਹੋਇਆ ਸੀਗਾ, ਸੀਗਾ ਥੱਲੇ ਦਲਦਲ, ਉਹਦਾ ਪੈਰ ਗਿਆ ਸੀ ਤਿਲਕ, ਉਹ ਤਿਲਕਣ ਦੇ ਕਾਰਨ ਬਜ਼ੁਰਗ ਬੰਦਾ ਥੱਲੇ ਗਿਰ ਗਿਆ। ਇਹ ਘਾਹ ਬਹੁਤ ਲੰਬਾ ਲੱਗਿਆ, 11 ਫੁੱਟ ਡੂੰਘਾ ਇਹ ਨਾਲਾ ਹੈ, ਇਹ 'ਚ ਦਲਦਲ ਬਣੀ ਹੋਈ ਹੈ ਇਹਦੀ। ਹਾਂਜੀ, ਕਦੇ ਸਫਾਈ ਨਹੀਂ ਹੋਈ ਜੀ, ਗੰਦ ਦੇਖ ਲਓ ਤੁਸੀਂ, ਇੱਧਰ ਆ ਕੇ ਦੇਖ ਲਓ, ਚੈੱਕ ਕਰ ਸਕਦੇ ਹੋ, ਪਹਿਲਾਂ ਕਦੇ ਹੋਈ ਹੋਊਗੀ ਤਾਂ ਹੋਊ, ਇਸ ਟਾਈਮ ਆ ਕੇ ਦੇਖ ਸਕਦੇ ਹਾਂ, ਬਹੁਤ ਬੁਰਾ ਹਾਲ ਹੈ ਬਾਈ। ਬੰਦਾ ਗੇਤੇ ਦਾ ਜੀ, ਹਰਨੇਕ ਸਿੰਘ ਉਹਦਾ ਨਾਂ ਹੈ ਜੀ। ਇਹ ਮਿਊਨਸਪੈਲਿਟੀ ਦੇ ਅੰਡਰ ਆਉਂਦਾ ਜੀ, ਅਤੇ ਮੇਰੀ ਤਾਂ ਉਰੇ ਦੁਕਾਨ ਸੀਗੀ, ਮੈਂ ਭੱਜ ਕੇ ਗਿਆ, ਉਹਨੂੰ ਵਿਚਾਰੇ ਨੂੰ ਆਪਾਂ ਬਹੁਤ ਕੋਸ਼ਿਸ਼ ਕੀਤੀ ਵੀ ਬੰਦਾ ਬਚ ਜਾਵੇ ਕਿਸ ਤਰੀਕੇ। ਉਹ ਮੌਕੇ 'ਤੇ ਨਹੀਂ ਜੀ ਹੋਈ, ਅੰਦਰ ਅੰਦਰ ਗਿਰਨ ਸਾਰ ਉਹਦੀ ਡੈਥ ਹੋ ਗਈ, ਪਤਾ ਨਹੀਂ, ਬਾਹਰ ਕੱਢਿਆ ਉਹਨੂੰ, ਕੋਸ਼ਿਸ਼ ਕੀਤੀ, ਪਾਣੀ ਕੱਢਿਆ ਬਹੁਤ, ਨਿਕਲਿਆ ਨਹੀਂ, ਉਹਦੀ ਡੈੱਡ ਨੂੰ ਮੈਂ ਬਾਹਰ ਕੱਢਿਆ। ਨਹੀਂ ਜੀ, ਨਹੀਂ ਮੇਰੇ ਸਾਹਮਣੇ ਨਹੀਂ, ਮੈਨੂੰ ਤਾਂ ਕਿਸੇ ਬੰਦੇ ਨੇ ਦੱਸਿਆ ਵੀ ਉਹਦੇ ਵਿੱਚ ਬੰਦਾ ਪਿਆ, ਮੈਂ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਲੇਕਿਨ ਨਹੀਂ ਵਾਪਸ। ਉਹ ਬੰਦਾ ਸਾਈਕਲ 'ਤੇ ਸੀਗਾ ਜੀ, ਸਾਈਕਲ ਉਹਦਾ ਸਾਈਡ 'ਤੇ ਖੜਾ, ਬਾਥਰੂਮ ਕਰਨ ਲੱਗਿਆ ਸੀ, ਘਾਹ ਲੱਗਿਆ ਸੀ, ਘਾਹ ਦੇ ਬਹਾਨੇ ਨਾਲ ਅੰਦਰ ਵੜ ਗਿਆ, ਉਹਦਾ ਪੈਰ ਗਿਆ ਤਿਲਕ। ਸਾਨੂੰ ਕਰੀਬ 3:30 ਵਜੇ ਇਤਲਾਹ ਮਿਲੀ ਸੀ ਕਿ ਇੱਕ ਨਾਲੇ ਦੇ ਵਿੱਚ ਜਿਹੜੀ ਹੈ ਡੈੱਡ ਬੋਡੀ ਡਿੱਗੀ ਹੈ। MC ਨਾਗਪਾਲ ਅਤੇ ਅਵਤਾਰ ਸਿੰਘ ਧਾਰੀਵਾਲ ਦੇ ਬੰਦੇ ਨੇ ਇਤਲਾਹ ਦਿੱਤੀ ਸੀ, ਜੋ ਇਤਲਾਹ 'ਤੇ ਮੈਂ ਸਵੇਰ ਪੁਲਿਸ ਪਾਰਟੀ ਦੇ ਜਿਹੜਾ ਮੌਕੇ 'ਤੇ ਪੁੱਜਿਆ ਸੀ, ਜਿਹੜਾ ਲਾਸ਼ ਨੂੰ ਜਿਹੜਾ ਗੰਦੇ ਨਾਲੇ 'ਚੋਂ ਬਾਹਰ ਕੱਢਿਆ ਗਿਆ,
ਉਦੋਂ ਬਾਅਦ ਉਹਦੀ ਤਲਾਸ਼ੀ ਤੋਂ ਉਹਦੇ ਆਧਾਰ ਕਾਰਡ ਤੋਂ ਆਈਡੈਂਟੀਫਿਕੇਸ਼ਨ ਹੋ ਗਈ ਸੀ। ਬੰਦਾ ਹਰਨੇਕ ਸਿੰਘ ਨਾਂ ਦਾ ਬੰਦਾ ਸੀ ਜਿਹਦੀ 83 ਸਾਲ ਏਜ ਸੀ, ਅਗੇਤੇ ਪਿੰਡ ਦਾ ਰਹਿਣ ਵਾਲਾ ਸੀ। ਉਹ ਜਿਹੜੇ ਡੈਡ ਬੋਡੀ ਨਿਕਲੀ ਮੌਕੇ ਦੇ ਉੱਤੇ ਮੌਤ ਹੋ ਚੁੱਕੀ ਸੀ। ਫਿਰ ਅਸੀਂ ਉਹ ਤਲਾਅ ਦੇ ਉਹਦੇ ਵਾਰਸਾਂ ਨੂੰ ਜਿਹੜਾ ਲੋਕਾਂ ਦੀ ਮਦਦ ਨਾਲ ਬੁਲਾਇਆ, ਵਾਰਸ ਮੌਕੇ 'ਤੇ ਪੁੱਜ ਕੇ ਡੈਡ ਬੋਡੀ ਜਿਹੜੀ ਹੈ ਉੱਥੇ ਉਹਨਾਂ ਨੇ ਜਿਹੜਾ ਸਰਦਾਰ ਬਹਾਦਰ ਸਿੰਘ ਵਾਸੀ ਕੀਤੇ ਦਾ ਜਿਹੜਾ ਉਹਨਾਂ ਦਾ ਭਤੀਜਾ ਲੱਗਦਾ ਸੀਗਾ ਹਰਨੇਕ ਸਿੰਘ ਦਾ, ਉਹਨਾਂ ਨੂੰ ਅਸੀਂ ਡੈਡ ਬੋਡੀ ਉਹਨਾਂ ਨੇ ਹੈਂਡਓਵਰ ਕਰਤੀ ਸੀਗੀ। ਪਰੰਤੂ ਉਹ ਕੋਈ ਕਾਰਵਾਈ ਕਰਾਉਣਾ ਨਹੀਂ ਚਾਹੁੰਦੇ। ਉਹ ਕਹਿੰਦੇ ਵੀ ਸਾਡਾ ਕੁਦਰਤ ਦੇ ਅਚਾਨਕ ਜਿਹੜਾ ਇਹ ਜਿਹੜੀ ਹੈ ਡੈਥ ਹੋਈ ਨਾਲੇ 'ਚ ਡਿੱਗ ਕੇ, ਅਸੀਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ। ਆਵਾਜ਼ ਕੌਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।